ਮਾਨ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਸੁਗਾਤ ਪੰਜਾਬ ਦੇ ਲੋਕਾਂ ਦੀ ਝੋਲੀ 'ਚ ਪਾਈ। ਪਿਛਲੇ ਦਿਨਾਂ ਦੇ ਦੌਰਾਨ ਮੁੱਖ ਮੰਤਰੀ ਤੀਰਥ ਯਾਤਰਾ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ, ਸੋ ਉਸ ਕੜੀ ਵਜੋਂ ਅੱਜ ਵਿਧਾਨ ਸਭਾ ਹਲਕਾ ਭੋਆ ਤੋਂ ਇੱਕ ਬਹੁਤ ਹੀ ਮਤਲਬ ਵੱਡੀ ਬੱਸ ਔਰ ਜਿਹੜੀ ਪੰਜਾਬ ਦੇ ਅੰਦਰ ਦੋ ਵੱਡੀਆਂ ਇਤਿਹਾਸਿਕ ਥਾਵਾਂ ਦੇ ਉੱਤੇ ਇਸ ਮਤਲਬ ਹਲਕੇ ਦੇ ਯਾਤਰੀਆਂ ਨੂੰ ਲੈ ਕੇ ਜਾਏਗੀ। ਸੋ ਵੈਸੇ ਵੀ ਪੰਜਾਬ ਦਾ ਚੱਪਾ ਚੱਪਾ ਸਾਡੇ ਗੁਰੂ ਸਾਹਿਬਾਨਾਂ ਦੇ ਵਿਚਾਰਾਂ ਦੇ ਨਾਲ, ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਭਰਿਆ ਪਿਆ, ਪਰ ਖਾਸ ਕਰਕੇ ਦੋ ਥਾਵਾਂ ਐਸੀਆਂ ਨੇ ਪੰਜਾਬ ਦੇ ਅੰਦਰ ਜਿਹੜੀਆਂ ਆਪਣੇ ਆਪ ਦੇ ਵਿੱਚ ਹੀ ਮਨੁੱਖ ਨੂੰ ਆਪਣੇ ਵੱਲ ਖਿੱਚਦੀਆਂ ਨੇ, ਅਤੇ ਉਹਨਾਂ ਦਾ ਬੜਾ ਵੱਡਾ ਇਤਿਹਾਸਿਕ ਸਥਾਨ ਹੈਗਾ। ਸੋ ਅੱਜ ਮੇਰੇ ਹਲਕੇ ਦੇ ਵਿੱਚੋਂ 42 ਜਿਹੜੇ ਤੀਰਥ ਯਾਤਰੀ ਨੇ ਉਹ ਦੋ ਥਾਵਾਂ ਲਈ ਅੱਜ ਇੱਥੋਂ ਬੱਸ ਨੂੰ ਰਵਾਨਾ ਕੀਤਾ ਜਾ ਰਿਹਾ, ਅਤੇ ਸਰਨੇ ਤੋਂ ਤੁਰ ਕੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਇਹ ਅੱਜ ਉਹਦੇ ਦਰਸ਼ਨ ਕਰਨਗੇ ਦਰਬਾਰ ਸਾਹਿਬ ਦੇ, ਔਰ ਉਸ ਤੋਂ ਬਾਅਦ ਬਹੁਤ ਹੀ ਵੱਡੀ ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਹੈ ਔਰ ਮਾਨਵਤਾ ਦੇ ਭਲੇ ਦੇ ਲਈ ਇੱਕ ਬਹੁਤ ਵੱਡਾ ਸੰਦੇਸ਼ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ। ਸ੍ਰੀ ਅੰਮ੍ਰਿਤਸਰ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਇਹ ਬੱਸ ਜਾਊਗੀ, ਦੋ ਦਿਨ ਅੱਜ ਰਾਤ ਵੀ ਉੱਥੇ ਰਹੇਗੀ, ਸੋ ਕੱਲ੍ਹ ਨੂੰ ਇਹ ਵਾਪਸ ਪਰਤਣਗੇ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਭ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਅਤੇ ਅਰਦਾਸ ਕਰਦਾ ਕਿ ਇਹਨਾਂ ਦੀ ਯਾਤਰਾ ਜਿਹੜੀ ਉਹ ਵਧੀਆ ਰਹੇ ਔਰ ਇਹ ਚੰਗਾ ਅਨੁਭਵ ਲੈ ਕੇ ਉਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਕੇ ਵਾਪਸ ਆਉਣ। ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ, ਜਿਨ੍ਹਾਂ ਨੇ ਨਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਲੋਕਾਂ ਦੀ ਝੋਲੀ 'ਚ ਵੱਡੀ ਸੁਗਾਤ ਪਾਈ ਆ। ਸੋ ਬਹੁਤ ਸਾਰੇ ਲੋਕ ਕਈ ਵਾਰ ਆਰਥਿਕ ਸਾਧਨ ਨਾ ਹੋਣ ਕਰਕੇ, ਵਸੀਲੇ ਨਾ ਹੋਣ ਕਰਕੇ ਦਿਲ ਦੀ ਤਾਂਘ ਜਿਹੜੀ ਉਹ ਅੰਦਰ ਹੀ ਇੱਕ ਪੀੜ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਬਣੀ ਰਹਿੰਦੀ ਹੈ। ਸੋ ਬਿਲਕੁਲ ਫ੍ਰੀ ਇਹ ਯਾਤਰਾ ਹੈਗੀ ਆ, ਯਾਤਰੀਆਂ ਦੇ ਖਾਣ ਪੀਣ ਦਾ ਰਹਿਣ ਦਾ ਟੋਟਲ ਵਿਵਸਥਾ ਪੰਜਾਬ ਸਰਕਾਰ ਵੱਲੋਂ ਜਿਹੜੀ ਉਹ ਕੀਤੀ ਗਈ ਹੈਗੀ ਹੈ। ਸੋ ਇੱਕ ਕਿੱਟ ਵੀ ਉਹਨਾਂ ਨੂੰ ਸਰਕਾਰ ਵੱਲੋਂ ਪ੍ਰੋਵਾਈਡ ਕਰਾਏਗੀ ਆ। ਸੋ ਮੈਂ ਫਿਰ ਦੁਬਾਰਾ ਇਸ ਬੱਸ ਨੂੰ ਤੋਰਨ ਵੇਲੇ ਆਪਣੇ ਆਪ 'ਚ ਵੀ ਮਾਣ ਮਹਿਸੂਸ ਕਰਦਾ। ਸੋ ਮੇਰਾ ਪਿਆਰਾ ਜ਼ਿਲ੍ਹਾ, ਮੇਰਾ ਪਿਆਰਾ ਪੰਜਾਬ ਅਤੇ ਮੇਰਾ ਆਪਣਾ ਵਿਧਾਨ ਸਭਾ ਹਲਕਾ ਭੋਆ ਤੋਂ ਜਿਹੜੀ ਇਹ ਪਹਿਲੀ ਬੱਸ ਅੱਜ ਜਾ ਰਹੀ ਆ ਪਠਾਨਕੋਟ ਜ਼ਿਲ੍ਹੇ ਤੋਂ, ਤੀਜੀ ਬੱਸ ਅੱਜ। ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੀਆਂ ਇਤਿਹਾਸਿਕ ਥਾਵਾਂ ਨੇ ਜਿੱਥੇ ਲੋਕਾਂ ਦੀ ਸ਼ਰਧਾ ਜੁੜੀ ਹੈ, ਲੋਕ ਜਾਣਾ ਚਾਹੁੰਦੇ ਆ, ਨਾ ਕੇਵਲ ਪੰਜਾਬ ਦੇ ਅੰਦਰ, ਪੰਜਾਬ ਤੋਂ ਬਾਹਰ ਵੀ, ਚਾਹੇ ਉਹ ਮਾਤਾ ਵੈਸ਼ਨੋ ਦੇਵੀ ਹੈ, ਮਾਤਾ ਚਿੰਤਪੁਰਨੀ ਹੈ, ਜੋ ਵੱਡੀਆਂ ਵੱਡੀਆਂ ਇਤਿਹਾਸਿਕ ਥਾਵਾਂ ਦੇ ਉੱਤੇ ਬੱਸਾਂ ਆਉਣ ਵਾਲੇ ਦਿਨਾਂ 'ਚ ਚੱਲਣਗੀਆਂ। ਸੋ ਫਿਰ ਦੁਬਾਰਾ ਸਭ ਯਾਤਰੀਆਂ ਨੂੰ ਸ਼ੁਭਕਾਮਨਾਵਾਂ। ਮੈਂ ਆਸ ਕਰਦਾ ਕਿ ਮਤਲਬ ਇਸ ਯਾਤਰਾ 'ਚ ਖੁਸ਼ ਵੀ ਰਹਿਣਗੇ ਔਰ ਸਾਡੇ ਵੱਲੋਂ ਪੂਰੀ ਜਿਹੜੀ ਆ ਸਰਕਾਰ ਵੱਲੋਂ ਬੰਦੋਬਸਤ ਵੀ ਕੀਤਾ ਗਿਆ। ਸੋ ਸਭ ਨੂੰ ਦੁਬਾਰਾ ਬਹੁਤ ਬਹੁਤ ਸ਼ੁਭਕਾਮਨਾਵਾਂ ਇਹਨਾਂ ਦੀ ਯਾਤਰਾ ਸਫਲ ਰਹੇ।